देखो ए ने दोस्तों काले मूँह वाले और करनलों की मिक्स एक जी ब्रीड बनी है। अच्छा भाई ये दा की करदार है तुहाडे को, इन्हें की किया? ये साढ़े को बड़ा रफ वाला कबूतर एक काले मूँह वाला ते नाल कबूतर बैठा है, वो काले मूँह वाला बैठा है करनल ब्रीड दा बैठा है या केड़ा बैठा है? लास्ट कदी कोई भाई आंदा कदी कोई भाई आंदा, दो हुण काले मूँह वाले हैं विच विच सत हैं जिहड़े करनल क्रॉस हैं, नौ हैं ते दो विच होर हैं दो लवली हैं। लेकिन ਤੁਸੀਂ ਇਹਨਾਂ ਦੇ ਦੂ ਚੋ ਕਿੰਨਾ ਨੂੰ ਜ਼ਿਆਦਾ ਸਿਆਣਿਆ ਵੇਖਿਆ, ਇਹਨਾਂ ਨੂੰ ਜਾਂ ਕਾਲੇ ਮੂੰਹ ਵਾਲਿਆਂ ਨੂੰ? ਜੀ ਦੋ ਹੀ ਨਸਲਾਂ ਸਿਆਣੀਆਂ ਨਹੀਂ, 18 ਸਾਲ ਦਾ ਤੁਹਾਡਾ ਇਹਨਾਂ ਦੇ ਨਾਲ ਰਹਿਣ ਬਹਿਣ ਨੇ ਤੇ ਤੁਸੀਂ ਜ਼ਿਆਦਾ ਅੱਗੇ ਕਿੰਨੂੰ ਵੇਖਿਆ? ਬਹੁਤ ਦਿਲ ਨੂੰ ਲੱਗ ਜੀ ਦੋਸਤੋ, ਸਭ ਅਹਲੇ ਸ਼ੌਕ ਨੂੰ ਜਿੱਥੋਂ ਜਿੱਥੋਂ ਵੀ ਦੋਸਤ ਸਾਡੇ ਨਾਲ ਅਟੈਚ ਨੇ ਸਭ ਦਾ ਬਹੁਤ ਸ਼ੁਕਰੀਆ, ਸਭ ਦੀ ਬਹੁਤ ਮਿਹਰਬਾਨੀ, ਉਹਨਾਂ ਨੂੰ ਵੈਲਕਮ ਕਹਿੰਦੇ ਹਾਂ, ਖੁਸ਼ ਆਮਦੀਦ ਕਹਿੰਦੇ ਹਾਂ। ਜਿਹੜੇ ਭਰਾ पहली दफ़ा वीडियो वेख रहे ने चैनल नूं सबसक्राइब कर लो। दोस्तों इस वीडियो का तारफ है उस्ताद इम्तियाज हीरा बीना वाले, उन्होंने एक बहुत फेमस ब्रांड दोस्तों एक ब्रीड है करनल कबूतर उन्होंने। इस वीडियो दोस्तों उन्होंने तारफ तारीख थोड़ी हिस्टरी थोड़ी उन्होंने अच्छिया गल्लां, इसहाक भाई मेरे नाल मौजूद ने जिहड़े कि छत निगरान ने, उन्होंने कोलों दोस्तों पुछने और तुहानूं तारफ करवाने अच्छे कबूतरां दा। जी इसहाक भाई है प्योर हालत दा कबूतर करना और इसहाक भाई इन्हां दीआं प्योरिटी च परवाज़ां की ने? ए भाई क्रासां च लाओ प्योर लाओ ए शामां तक इंशाल्लाह उड़दे हैं माशाल्लाह, क्योंकि अगे भी क्रासां च ही ने ते अगों होर अही लाहौरियां च जां होर कसूरियां च पाईए ते बड़ा अच्छा रिजल्ट देना। और इन्हां दी कोई सॉरी ਬਈ ਇਹਨਾਂ ਦੀ ਕੋਈ ਹਿਸਟਰੀ ਦੇ ਮਤਲਬ ਤੁਸੀਂ ਕੀ ਜਾਣਦੇ ਹੋ, ਇਹ ਕਦੋਂ ਤੋਂ ਬਣੇ ਨੇ? ਜੀ ਇਹ ਤੇ ਜੋ ਹੀਰਾ ਸਾਹਿਬ ਉਹ ਜੋ ਸਾਨੂੰ ਦੱਸਦੇ ਨੇ, ਮੈਨੂੰ ਤਾਂ ਤਕਰੀਬਨ ਇਹਨਾਂ ਕੋ 18 ਸਾਲ ਹੋ ਚੱਲੇ ਨੇ। ਹਾਂ ਹਾਂ ਤੇ ਉਹ ਦੱਸਦੇ ਨੇ ਜਦੋਂ ਅਸੀਂ ਪੜ੍ਹਨੇ ਹਨ ਉਦੋਂ ਦੇ ਕਬੂਤਰ ਇਹਨਾਂ ਦੇ ਕੋ ਬਣੇ ਨੇ। ਐ ਵਾਲੇ 18 ਸਾਲਾਂ ਤੋਂ ਮੈਂ ਜਾਣਨਾ ਨਾ 18 ਤੁਹਾਡਾ ਵੀ ਤਾਲੁਕ ਸਿਆਲਕੋਟ ਨਾਲ ਹੀ? ਜੀ ਮੇਰਾ ਸਿਆਲਕੋਟ ਨਾਲ ਹੀ। 18 ਸਾਲ ਤੋਂ ਯਾਨੀ ਇਹਨਾਂ ਕਬੂਤਰਾਂ ਨੂੰ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ? ਜੀ ਬਿਲਕੁਲ। ਔਰ ਇਹਨਾਂ ਦੀਆਂ ਪਿਓਰ ਹਾਲਤ ਦੀਆਂ ਸ਼ਾਮ ਤੱਕ ਦੀਆਂ ਪਰਵਾਜ਼ਾਂ ਤੁਸੀਂ ਵੇਖੀਆਂ? ਜੀ ਬਿਲਕੁਲ। ਇਹਨਾਂ ਨੂੰ ਕਾਲੇ ਮੂੰਹ ਵਾਲਿਆਂ 'ਚ ਪਾਇਆ ਫਿਰ ਕੀ ਰਿਜ਼ਲਟ ਆਇਆ? ਫਿਰ ਵੀ ਇਹ ਸ਼ਾਮ ਤੱਕ ਇਨਸ਼ਾਅੱਲਾ ਉੱਡਦੇ ਨੇ, ਪਿਓਰ ਵੀ ਉੱਡਦੇ ਨੇ, ਕਰਾਸਾਂ 'ਚ ਵੀ ਉੱਡਦੇ ਨੇ। ਜਿਹੜੇ ਸਾਡੇ ਕੋਲ 6 ਵਜੇ ਵਾਲੇ ਕਬੂਤਰ ਉੱਡਦੇ ਨਾ ਉਹ ਇਦੋਂ ਬਾਅਦ ਨਸਲ ਬਣੀ ਆ, ਉਹ ਕਾਲੇ ਮੂੰਹ ਵਾਲੇ ਤੇ ਕਰਨਲ ਲਾ ਕੇ ਅਸੀਂ ਉਹਨਾਂ ਨੂੰ ਉਹਨੇ 6 ਵਜੇ ਵਾਲੇ, ਕਿਉਂਕਿ ਉਹ ਅਕਸਰ 6 ਵਜੇ ਬਹਿੰਦੇ ਹੁੰਦੇ ਆ ਤੇ ਉਹਨਾਂ ਦਾ ਨਾਮ ਪੈ ਗਿਆ 6 ਵਜੇ ਵਾਲੇ। ਯਾਨੀ ਕਰਨਲ ਆਪਣੀ ਜਗ੍ਹਾ ਤੇ ਇੱਕ 6 ਕਬੂਤਰ ਨੇ, ਕਾਲੇ ਮੂੰਹ ਵਾਲੇ ਆਪਣੀ ਜਗ੍ਹਾ ਤੇ ਨੇ, ਜਦੋਂ ਇਹਨਾਂ ਦੋ ਨੂੰ ਮਿਕਸ ਕੀਤਾ ਤੇ ਵਿੱਚੋਂ 6 ਵਜੇ ਵਾਲੇ ਬਣੇ। 6 ਵਜੇ ਵਾਲੇ ਮਾਸ਼ਾਅੱਲਾ ਜੀ। ਲਓ ਜੀ ਭਾਈ ਨੈਕਸਟ ਕਬੂਤਰ ਦਾ ਤੁਹਾਨੂੰ ਸ਼ੌਕ ਕਰਵਾਉਂਦੇ ਆ, ਇਹ ਵੀ ਕਰਨਲ ਕਬੂਤਰ। ਅੱਛਾ ਭਾਈ ਇਹਨਾਂ ਦੀ ਬੁਨਿਆਦ 'ਚ ਕੁਝ ਦੱਸੋ ਕਿਹੜਾ ਕਿਹੜਾ ਕਬੂਤਰ ਸ਼ਾਮਲ ਹੈ? ਜੇ ਇਹਨਾਂ 'ਚ ਬਟੇਰਾ ਵੀ ਜੇ, ਇਹਨਾਂ 'ਚ ਚੂਹਾ ਵੀ ਹੈ, ਛੱਤ ਵਾਲਾ ਵੀ ਹੈ। ਚਾਰ ਪਰ ਤੁਸੀਂ ਦੱਸ ਦਿੱਤੇ, ਇਹਦੇ 'ਚ ਚਾਰ ਪਰ ਨੇ। ਲਓ ਜੀ ਦੋਸਤੋ ਇਹ ਜੇ ਕੋਈ ਮਿਕਸਰ ਬਲੈਂਡ ਵੇਖਣਾ ਚਾਹੁੰਦਾ ਨਾ ਕੋਈ, ਇਹ ਵੱਡਾ ਕਰਨਲ ਕਬੂਤਰ ਹੈ ਛੱਤ ਉਸਤਾਦ ਇਮਤਿਆਜ਼ ਹੀਰਾ ਬੀਨਾ ਵਾਲੇ। ਦੋਸਤੋ ਕਬੂਤਰ ਇਸ ਟਾਈਮ ਰਜੇ ਨੇ, ਇਹ ਟਾਈਮ ਉਹ ਨਹੀਂ ਹੈ ਕਿ ਇਹਨਾਂ ਨੂੰ ਉਲਟ ਉਲਟ ਕੇ ਮੈਂ ਤੁਹਾਨੂੰ ਪੰਜੇ ਦਿਖਾਉਂਦਾ ਇਹਨਾਂ ਦੇ, ਲੇਕਿਨ ਫਿਰ ਪਰਿੰਦਿਆਂ ਦੇ ਨਾਲ ਜ਼ਿਆਦਤੀ ਹੁੰਦੀ ਹੈ ਅਤੇ ਉਹ ਬਿਲਕੁਲ ਨਹੀਂ ਕਰਨੀ ਚਾਹੀਦੀ। ਇਹ ਪਿਓਰ ਹਾਲਤ ਦੇ ਵਿੱਚ ਦੋਸਤੋ ਕਰਨਲ ਕਬੂਤਰ ਹੈ ਉਸਤਾਦ ਇਮਤਿਆਜ਼ ਹੀਰਾ ਬੀਨਾ ਵਾਲੇ ਜਿਹੜੇ ਨੇ। ਜੀ ਇਸਹਾਕ ਬਾਈ ਜਿਹੜੇ ਜਿਹੜੇ ਤੁਹਾਡੇ ਚੈਂਪੀਅਨ ਕਬੂਤਰ ਨੇ ਨਾ ਉਹਨਾਂ ਦਾ ਕੋਈ 3-4 ਕਿਸਮ ਦਾ ਇਹਨਾਂ ਨਸਲਾਂ ਤੋਂ ਬਾਹਰ ਵੀ ਨੇ ਜਿਹੜੇ ਉਹਨਾਂ ਦਾ ਸ਼ੌਕ ਕਰਵਾ ਦਿਓ। ਲਓ ਜੀ ਦੋਸਤੋ ਕਰਨਲ ਅਤੇ ਜਰਨਲ ਪਰਾਂ ਦੀ ਬਨਾਵਟ ਐਸਪੋਰਟ ਚਿੜੀ ਹੈ ਜਿਹੜੀ
दुम देखो दोस्तों, इसकी हुण काफ़ी वड्डी दुम है, छोटी दुम नहीं है, लेकिन यह बहुत अथेंटिक घर के कबूतर ने और बने बनाए कबूतर ने। शक शुबे की इन्हों के उत्ते गुंजाइश कोई नहीं। इसलिए बिल्कुल छोटी दुम होना एक बड़ी बहादरी नहीं, जरूरी नहीं कि सिर्फ छोटी दुम वाले ही उड़ते हैं। क्यों इसहाक भाई, वड्डी दुम वाले भी उड़ते हैं, वेखो ना बने ने ना सर, सारे ही उड़ते हैं, साड़िया नजर तो सारे ही उड़ते हैं, छोटिया भी उड़ते हैं, वड्डिया भी उड़ते हैं, जेड़े आते हैं छोटिया उड़ते हैं, वह पिंजरे जाके लोगों के वेख लैन, वड्डिया भी पे ने, छोटिया भी पे ने, जी दोस्तों करनल कबूतर ब्रीड उस्ताद इम्तियाज हीरा बीना वाले उन्हां दी, और इहदे च चार पार भाई ने दसे ने, चूहा छत वाला बटेरा और प्लस भाई छत वाला। इन्हां कबूतरां जी जो काले मूँह वाले कबूतर पे ने ते इन्हां दे छे वजे वाले बने ने। देखो दोस्तों ए जेनुइन ते ब्रांडेड सियालकोटी कबूतर ने, देखो इन्हां दे परां दी बनावट शेप, और उस्तादा ने कबूतर ने फिर परां दीआं ते उन्होंने बुनियादां बन छड़ियां होंदियां ने। पंजे दे भी इत्थों ही दिखावांगे दोस्तों, कबूतरां ने दाने खाधे ने और रजे ने कबूतर जी दोस्तों। इन्हां दा मोहरा देखो, इन्हां च जो जो कुछ दस्या गया उस चीज़ नूं नोटिस करो। बहुत ही आला दोस्तों कबूतर, और सियालकोटी कबूतर दोस्तों जिथे जिथे परफॉर्म कर रहे ने साड़ी कोशिश होंदी है उत्थे जाइए। करनल ते काले मूला क्रॉस लो जी दोस्तों, साहक भाई ने बड़ी मेहरबानी करके सानू एक आसर दवा, ठीक है। देखो ऐ ने दोस्तों काले मूँह वाले और करनलां दी मिक्स एक जिहड़ी ब्रीड बनी है। अच्छा भाई एदा की करदार है तुहाडे को, इन्ने की कीता? ये साढ़े को वड्डा रफाला कबूतर एक काले मूँह वाला ते नाल को करनल मादी लाई है, ते इन्हां दे बच्चे भी माशाल्लाह अच्छे उड़दे हैं। ऐ साढ़े को तकरीबन मैं हाँ कोई 13-14 में को भरा ने, ते सारे अगू एक इन्हां दा वड्डा प्यो है, अगू ओहदे पट्ठियां पट्ठे ने कोई 15-16 अगू, ओह फिर क्रासां चला के असीं बच्चे उड़ाने हां। तीसरी नस्ल नो ठीक है माशाल्लाह, एदे में है 2-3 भरा बाजियां झूले ने इस दफा। हां जी, और लेटेस्ट जेड़ा तुहाडे को लास्ट कबूतर बैठा है वो काले मूँह वाला बैठा है करनल ब्रीड दा बैठा है या केड़ा बैठा है? लास्ट कदी कोई बाइयां दा कदी कोई बाइयां दा, दो हुण काले मूँह वाले हैं विच विच 7 हैं जेड़े करनल क्रॉस हैं, 9 हैं ते 2 विच और हैं, 2 लौरी हैं, 9 ਵਿੱਚ 2 ਪਿਓਰ ਕਾਲੇ ਮੂੰਹ ਵਾਲੇ ਉੱਡੇ ਨੇ, 3 2-3 ਜਿਨ੍ਹਾਂ ਵਿੱਚ ਜ਼ਿਆਦਾ ਸਮਝ ਲਓ ਕਾਲੇ ਮੂੰਹ ਵਾਲੇ ਹਨ, ਤੇ 6-7 ਕਰਨਲ ਜਿਹੜੇ ਨੇ ਕ੍ਰਾਸ, 6-7 ਕਰਨਲ ਕ੍ਰਾਸ। ਲਓ ਦੋਸਤੋ ਇਹ ਅਥੈਂਟਿਕ ਤਰੀਨ ਬਰੀਡ ਜਿਹੜੇ 7 ਕਬੂਤਰ ਬਾਜ਼ੀ 'ਚ ਪਏ ਸਨ ਇਹ ਤੁਸੀਂ ਦੇਖ ਰਹੇ ਹੋ। ਦੇਖੋ पेटेंट किस्म दे करनल ब्रीड दे दोस्तों कबूतर, उन्होंने जो काले मूँह वाले च मिक्स किया जाता है तो दोस्तों यह पर बनता है, यह चीज़ बनती है। हर कबूतर फिर दोस्तों हाथ च फड़िया एक जैसा रिएक्शन नहीं दिता, कई बुरा मनाते ने। अच्छा साहक भाई एक मज़ेदारी की गल है, दिल दिल का सवाल है कि तुम इन्हों जो दूँ चो कि ज़्यादा सियाण वेख्या इन्हों या काले मूँह वाले? दो नस्ल सियाणी नहीं, एक 18 साल का ढाडा इन्होंने नाल रहन बहन है, तो तुम ज़्यादा अगे कि वेख्या? बहुत ही दिल में लगता, दोवें पुत्र माँ पसंद होंगे, दोवें चंगे ने।
ਨੰਬਰ 1 2 ਨਹੀਂ ਕਰੋਗੇ ਨਹੀਂ 1 2 ਨਹੀਂ ਸਾਨੂੰ ਦੋਵੇਂ ਚੰਗੇ ਕਿਉਂਕਿ ਉਹ ਆਪਣੀ ਜਗ੍ਹਾ 100% ਨੇ ਆਪਣੀ ਜਗ੍ਹਾ 100% ਨੇ 100% ਹੋਣ ਦੋਵੇਂ ਤੇ ਫੇਰ ਚੰਗੇ ਹੁੰਦੇ ਨੇ ਸਾਕ ਬਾਈ ਜ਼ਾਤੀ ਤੌਰ ਤੇ ਤੁਸੀਂ ਨਾਵੀਂ ਕਲੀ ਵੱਡੀ ਪਸੰਦ ਕਰਦੇ ਹੋ 10ਵੀਂ ਨਹੀਂ ਜੇ ਨਾਵੀਆਂ ਸ਼ਾਵੀਆਂ ਦਾ ਸਾਨੂੰ ਨਹੀਂ ਜੇ ਪਤਾ ਹੈ ਹਾਂ ਅਸੀਂ ਤੇ ਸਿਰਫ ਇਹ ਵੇਂਦੇ ਬਲੱਡ ਚੰਗਾ ਹੋਇਆ ਤੇ ਸਾਰਾ ਕੁਝ ਹੀ ਚੰਗਾ ਅੱਜਕਲ ਕੇ ਕਬੂਤਰ ਹੁਣ ਵੇਖ ਕ੍ਰੀਚੇ ਪਏ ਨੇ ਅੱਜਕਲ ਮੈਂ ਤਾਂ ਵਹਾ ਨਹੀਂ ਸਕਦਾ ਲੇਕਿਨ ਜ਼ਿਆਦਾ ਜਿਹੜੇ ਸਾਡੇ ਮੇਨ ਕਬੂਤਰ ਨੇ ਨਾ ਉਹਨਾਂ ਦੇ 3 ਪਰ ਬਰਾਬਰ ਹੋਣਗੇ ਉਹ ਹੀ ਸਾਡੇ ਅੱਛੇ ਕਬੂਤਰ ਨੇ 3 ਪਰ ਬਰਾਬਰ ਹੋਣਗੇ ਐਂਡ ਵਾਲੇ ਖੁਸ਼ਕ ਜਾਮਨੀ ਪੰਜਾ ਹੋਏਗਾ ਜੀ ਛੋਟੀ ਸਮਾਰਟ ਦੁੰਮ ਹੋਏਗੀ ਨਹੀਂ ਦੁੰਮਾਂ ਵੱਡੀਆਂ ਵੀ ਨਿਕਲਦੀਆਂ ਛੋਟੀਆਂ ਵੀ ਨਿਕਲਦੀਆਂ ਉਹ ਕਰਨਲ ਕਬੂਤਰ ਅੱਗੇ ਵੇਖਿਆ ਨਾ ਉਹਦੀ ਵੱਡੀ ਦੁੰਮ ਹੈ ਐਡੀਆਂ ਵੀ ਨਹੀਂ ਵੱਡੀਆਂ ਨਿਕਲਦੀਆਂ ਭਾਈ ਝਾੜੂ ਹੀ ਮਾਰਨ ਨਹੀਂ ਇਹ ਵੇਖ ਲਓ ਇਹ ਦੁੰਮਾਂ ਨੇ ਇਹਨਾਂ ਦੀਆਂ ਇੰਨੀਆਂ ਕੋਈ ਨਿਕਲਦੀਆਂ ਜੀ ਦੋਸਤੋ ਬਹੁਤ ਸ਼ੁਕਰੀਆ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਅੱਛੀ ਲੱਗੀ ਹੋਏਗੀ ਇਹ ਵੀ ਦੋਸਤੋ ਕਰਨਲ ਪਲੱਸ ਕਾਲੇ ਮੂੰਹ ਵਾਲਾ ਕਬੂਤਰ ਹੈ ਇਹਦੇ 'ਚ ਵੀ ਦੋਨੋਂ ਹੀ ਪਰ ਸ਼ਾਮਲ ਨੇ ਔਰ ਇਹ ਸ਼ੌਕ ਤੁਹਾਨੂੰ ਕਰਵਾ ਰਹੇ ਸਾਂ ਉਸਤਾਦ ਇਮਤਿਆਜ਼ ਹੀਰਾਬੀ ਨਾਲ ਵਾਲੇ 6 ਵਜੇ ਵਾਲੇ ਆਉਂਦੇ ਆ ਇਹ ਦੋਸਤੋ 6 ਵਜੇ ਵਾਲੇ ਕਬੂਤਰ ਨੇ ਚਲੋ ਜੀ ਇਹ ਤਾਰਫ ਜ਼ਰਾ ਮਜ਼ੀਦ ਵੱਧ ਗਿਆ ਉਹਨਾਂ ਦੇ 6 ਵਜੇ ਵਾਲੇ ਕਬੂਤਰਾਂ ਦਾ ਦੋਸਤੋ ਸ਼ੌਕ ਸੀ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਦੋਸਤੋ ਅਗਰ ਤੁਸੀਂ ਵੀ ਆਪਣਾ ਅੱਛਾ ਸ਼ੌਕ ਕਰਵਾਉਣਾ ਚਾਹੋ ਤੁਹਾਡਾ ਤਾਲੁਕ ਖਾਸ ਸਿਆਲਕੋਟ ਤੋਂ ਹੈ ਖਾਸ ਸਿਆਲਕੋਟ ਤੋਂ ਬਾਹਰ ਹੈ 0300-627-9180 ਤੇ ਤੁਸੀਂ ਰਾਬਤਾ ਕਰ ਸਕਦੇ ਹੋ ਪਲੱਸ ਤੁਹਾਨੂੰ ਕਿਸੇ ਤਰ੍ਹਾਂ ਦੇ ਸਿਆਲਕੋਟੀ ਕਬੂਤਰਾਂ ਦੀ ਅਗਰ ਜ਼ਰੂਰਤ ਹੈ ਡਿਮਾਂਡ ਹੈ ਪਿਓਰ ਬਰੀਡਰ ਬੱਚੇ ਤੁਹਾਨੂੰ ਚਾਹੀਦੇ ਨੇ ਜਾਂ ਤੁਹਾਨੂੰ ਅਥੈਂਟਿਕ ਕਿਸਮ ਦੇ ਪਰਵਾਜ਼ੀ ਚਾਹੀਦੇ ਨੇ ਤੁਸੀਂ ਆਪਣੇ ਵੀਰ ਦੇ ਨਾਲ ਰਾਬਤਾ ਜ਼ਰੂਰ ਕਰ ਸਕਦੇ ਹੋ ਬਹੁਤ ਸ਼ੁਕਰੀਆ ਅੱਲਾ ਹਾਫਿਜ਼